ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਡ ਵੀਲਿੰਗ ਲਪਾਤਾ ਫੇਸ ਮੇਰੇ ਸਕੇ ਯਾਰ ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ ਅੱਲਾ ਵਾਹ ਜੀ ਕੀ ਆ ਓਏ ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ ਫਿਸ਼ ਫਿਸ਼ ਭਾਬੀ ਲਈ Very good, very nice husbander. Sapp. Sapp. Better, better. La prea glassy. Do chija jatt mangda. Jatt mangda pha. Jatt mangda sulfas. Jatt mangda this and that. Hun, hun jaa bank wale ni. Jaa phir main ni. ट्रैक्टर चकनू बरदिया यार जट दा हाथ लागे दिखाउण जे दिल्ली दियां कुर्सियां ना पलटा के रख देआं हैंगर लिया भी मित्र प्यारिया चाह दा कप आ एक चाह किथे है इत्थे सोही साहब मैं सवेरे चाह दा समान दे गया सी सोही साहब भुखो भुखो सोही दे जखमां दे नूण ओ किस्मती माड़ी लिखदी पैरी रब ने लो दसो जी रब हुण इन्ना वेला भी बह के किस्मतां लिखदा फिर ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ ਜਾ ਲਓ ਜੀ ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਠੀਕ ਹੈ ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ ਚਿੱਠੀਆਂ ਚੁੱਠੀਆਂ ਤੇ ਅੱਜ ਕੱਲ੍ਹ ਲਿਖਦਾ ਕੋਈ ਨੀ ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ ਉਹਦੇ ਲਿਖਿਆ ਹੁੰਦਾ ਟੂ ਸਤ ਨਾਮ ਵਾਹਿਗੁਰੂ ਬਰੋਮ ਵਾਲੇ ਦਾ ਨਾਂ ਪਤਾ ਹੀ ਨੀ ਹੁੰਦਾ ਉੱਥੇ ਯਾਰ ਬਰੋਮ ਸਤਨਾਮ ਵਾਹਿਗੁਰੂ ਕੀ ਕਰਦਾ ਉਸ ਚਿੱਠੀ ਦਾ ਲਾਟਰੀ ਕਰਨਾ ਕੀ ਹੈ ਪੀਪਾ ਜਿਹਾ ਲਾਇਆ ਕੁੜੀ ਪਾ ਕੇ ਰੱਖ ਦੀ ਜੇ ਬਸ ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ ਇਮਾਨਦਾਰ ਹੈ ਲਾਟਰੀ ਭਾਈ ਸਾਹਿਬ ਗਲਤ ਕੰਮ ਨਹੀਂ ਕਰਦਾ ਉਹ ਬੇੜਾ ਬਹਿ ਗਿਆ ਉਹ ਕਿਸੇ ਦਾ ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ ਉਹ ਦੇਖ ਲਓ ਤੁਹਾਨੂੰ ਆਪਣੇ ਜਿੱਜੇ ਦਾ ਰੋਜ਼ ਕੋਈ ਸਮਾਨ ਚੱਕ ਲੈ ਜਾਂਦਾ ਲਾਟਰੀ ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ ਚੰਗਾ ਜੀ ਮਤਲਬ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ ਐ ਨੀ ਸੁਧਰਨਾ ਸੱਪ ਨੇ ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ ਯੈਸ ਯੈਸ ਠੀਕ ਹੈ ਓ ਮਾਸਟਰ ਓ ਤੂੰ ਮੇਰੀ ਘਰਾਂ ਦੀ ਮੱਛੀ ਖਾ ਗਿਆ ਓਏ ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ ਓਹੋ ਸਰ ਜੀ ਸ਼ਮਸ਼ੇਰ ਬਰਾਡ ਸੀਗਾ ਬਲੈਕੀਆ ਸ਼ਮਸ਼ੇਰ ਬਰਾੜ ਆ ਮੈਂ ਦੁੱਧ ਚੁੰਗਦਾ ਜਵਾਕ ਨੀ ਨਾਲੇ ਜ਼ਰੂਰੀ ਨੀ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ ਪਿੰਕੀਏ ਓ ਪਿੰਕੀਏ ਡੈਡ ਪਿੰਕੂ ਨਾਇਆ ਮੇਰਾ ਬਾਪ ਆ ਤੇਰਾ ਕੁਛ ਵੀ ਕਹਿ ਸਕਦਾ ਓ ਤੂੰ ਕਾਲਜ ਨਹੀਂ ਗਿਆ ਅੱਜ ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ ਉੱਥੇ ਗਿਆ ਸੀਗਾ ਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ ਕਿਹਨੂੰ ਮਿਲ ਕੇ ਆਇਆ ਕਦੋਂ ਆਇਆ ਹੈ ਡੈਡ ਕਿੱਥੇ ਤੇਰਾ ਉਹ ਬੁੱਢਿਆਂ ਦੇ ਸੁਭਾਅ ਇਹੋ ਜਿਹੇ ਹੁੰਦੇ ਨੇ ਹੁਣ ਕੀ ਪ੍ਰੋਗਰਾਮ ਹੈ ਤੇਰਾ ਕਾਲਜ ਜਾਣਾ ਡੈਡ ਓਏ ਕਾਲਜ ਨੇ ਕਿਹੜੇ ਨੋਟ ਦੇ ਦੇਣੇ ਨੇ ਤੂੰ ਤਿਆਰ ਹੋ ਅੱਜ ਡਿਲੀਵਰੀ ਦੇਣੀ ਇੱਕ ਓਕੇ ਓ ਮੰਨਤ ਕਿੱਥੇ ਕਾਲਜ ਗਈ ਡੈਡ ਹਾਂ ਮੰਤੇ ਉਹ ਜਾਗਦੀਆਂ ਕਿ ਸੌਂ ਗਈ ਹੈ ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ ਓਏ ਹੋਏ ਹੋਏ
ਸਿਰਾ ਡਲਗ ਮਾਰਿਆ ਬਾਈ ਕੀ ਆਸੀ ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਂਦਾ ਉਹ ਕਮਲੀਏ ਸ਼ਦੈਣੇ ਇਸ਼ਕ ਦੀ ਫਿਲਮ ਚ ਨਾ ਕੁਛ ਕਲਕੇਸ਼ਨਾਂ ਨਾ ਬਾਰ ਬਾਰ ਰਿਪੀਟ ਹੁੰਦੇ ਨੇ ਤੈਨੂੰ ਉਹ ਨੀ ਪਤਾ ਬਹੁਤਾ ਹੀਰੋ ਨਾ ਬਣ ਜਿੱਦਣ ਡੈਡੀਆਂ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਆ ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ ਉਹ ਯਾਰ ਤੂੰ ਹਾਰਟ ਬਾਏ ਹਾਰਟ ਗੱਲਾਂ ਕਰਨ ਆਈ ਆ ਕਿ ਹਾਰਟ ਅਟੈਕ ਦੇਣ ਆਈ ਆ ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ ਓਕੇ ਹੈ ਨਹੀਂ ਸੀ ਆਪਣੀ ਮੰਗਣੀ ਟੁੱਟ ਚੁੱਕੀ ਆ ਜੇ ਬਹੁਤੇ ਚਾਹੇ ਨਾ ਵਿਆਹ ਕਰਾਉਣ ਦਾ ਤਾਂ ਕੁਛ ਬਣ ਕੇ ਵਿਖਾ ਯਾਰ ਹੁਣ ਮੈਂ ਜਹਾਜ਼ ਬਣ ਜਾ ਗੱਲ ਚੱਲ ਤਾਂ ਰਹੀ ਹੈ ਮੇਰੇ ਦੋ ਤਿੰਨ ਕੰਪਨੀਆਂ ਨਾਲ ਆਜੂਗੀ ਮੇਰੀ ਸੀ ਡੀ ਫਿਰ ਦੇਖੀ ਆਸੀ ਸੋਹੀ ਹੁੰਦੀ ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ ਫਿਰ ਦੇਖੀ ਜਾਈ ਤੂੰ ਕਰਾਂ ਫਿਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ ਹੋਰ ਫਿਰ ਤਾਂ ਆਪਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ ਪੱਕੀ ਗੱਲ ਹੈ ਅੱਛਾ ਜੀ ਯੱਟ ਦੀਆਂ ਰੀਸਾਂ ਫਸ਼ਕਰੀਆਂ ਕਰਦੀਆਂ ਰੱਖੀ ਲਾਉਂਗਾ ਦੋ ਘੰਟੇ ਤਾਂ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਲਾਵਾਂ ਚਿਣ ਚਿਣ ਪੇਚ ਪੱਗ ਤੇ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਹੋ ਲਾਵਾਂ ਚਿਣ ਚਿਣ ਪੇਚ ਪੱਗ ਤੇ ਤੂੰ ਵੀ ਸੋਹਣੀ ਏ ਯਾਰਾ ਤੇ ਕਿੰਨਾ ਮਰਦੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਏ ਯਾਰਾ ਤੇ ਕਿੰਨਾ ਮਰਦੀ ਸਰਕਾਰੀ ਮੁਲਾਜ਼ਮਾਂ ਦੇ ਨਾਲ ਰੌਂਗ ਨੰਬਰ ਨਹੀਂ ਲਾਈਦਾ ਇਹਨਾਂ ਨੇ ਕਿਹੜਾ ਕੱਦੂ ਕਰਨ ਲੈ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਉਣਾ ਗੁੱਸਾ ਨਾ ਕਰੀ ਗੱਲ ਲੈ ਇੱਕ ਓਏ ਐਂ ਕਿਵੇਂ ਲੈ ਜਾਣਗੇ ਮੇਰਾ ਡਾਇਰੈਕਟਰ ਇਹਨਾਂ ਦੀ ਬੈਂਕ ਵਾਲਿਆਂ ਦੀ ਚੁੱਪ ਕਰ ਜਾ ਉਹੀ ਬੋਲੀ ਜਾਨ ਆ ਸੋਹੀ ਦਾ ਮੁੰਡਾ ਹੈ ਆਸੀ ਚਲੋ ਮੁੰਡਾ ਆ ਗਿਆ ਹੁਣ ਕੋਈ ਢੰਗ ਦੀ ਗੱਲ ਤਾਂ ਕਰੂ ਕੀ ਗੰਦ ਪਾਇਆ ਗੁਪਤਿਆ ਤੀਰੇ ਕਿ ਦਿਨ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ ਕਰਜ਼ੇ ਲਿਆ ਬੈਂਕ ਤੋਂ ਕੋਈ ਮੁੱਲਦਾ ਹੀ ਲੈਣਾ ਸਾਨੂੰ ਬੈਂਕ ਨੇ ਗੱਲ ਸੁਣੋ ਸੰਧੂਆ ਜੇ ਡਾਇਰੈਕਟਰ ਕਨੀ ਚੱਕ ਕੇ ਮੈਂ ਗੱਟੇ ਵੜ ਦੂੰ ਥੋੜੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆ ਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਡਾਇਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੋਤ ਪਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲੈ ਮੈਂ ਤਾਂ ਲਵਾ ਵੀ ਝੋਟੇ ਦੀਆਂ ਗੋਡ ਨਹੀਂ ਆ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣਿਆਂ ਨੂੰ ਕਿਤੇ ਕਹਾ ਭੀਮ ਨੂੰ ਕੀ ਜੋਗੇਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਕਹਾ ਹੈ ਟੋਫੀਆ ਹੈ ਟਰੈਕਟਰ ਹੈ ਟਰੈਕਟਰ ਜੱਟ ਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਤੂੰ ਇੱਕ ਤੇ ਬੈਲੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਣ ਦਿਓ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਸਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਛ ਲਿਹਾਜ਼ ਹੋ ਸਕਦਾ
ते बस साड़ा पिंड वालों का ही मान रख लो जी। तुहाडी गल बिल्कुल ठीक है, पर बंदे नूं बोलन दी तमीज़ तां होनी चाहीदी है ना। चलो जे ये इस वेले बुरे तरीके नाल गल कर रहे ने, तुसी घट्टो घट्ट इन्हां दा भला कर दिओ जी। फरीदा बुरे दा भला कर, गुस्सा मन ना हंडाए, देही रोग ना लग गई, पल्ले सब किछ पाए। ठीक है जिवें तुसी कहिंदे आ कर लैंदे आ, पर मैं एक गल दसदा, असी एक हफ्ते की मुहलत दिंदे आ, जे साडियां किस्तां ना पहुंचियां तां असी ट्रैक्टर चक के लै जांगे। चलो संधु साहब। चलो बहुत तू ऐ करी ओए, बड़ी मेहरबानी, हफ्ते बाद नहीं 4 महीने बाद आ जी, जट दा स्टैंड ही रहूगा। सोई साहब, जट दा स्टैंड तो चाहे ओही रहे, पर ट्रैक्टर दा स्टैंड तो हुण बैंक च ही लगू, भावें गुस्सा ही करदी हूं। गल है बड़ी मर जाएगा मेरे हाथों। बिंदर भैण। हां जी वीरे। भैणे तुसी चाह बहुत स्वाद बनाउने हो। फिर नहीं, मैं तो ही दस्या है भाई, चाह बहुत स्वाद बनाउने हो तुसी। चाह तो मैं बना देनी है वीरे, पर तुसी चाह घट पिया करो, एदे नाल तो तुसी पानी गर्म करके पी लिया करो ना। चाह तो मैं बना देनी हूँ, पर तुसी इनी चाह ना पिया करो, एदे नाल तो पानी गर्म करके पी लिया करो ना। वे तू क्या हुक्म चाढ़ता रहना इनू, ये तो पहले नहीं रावना बहिंदी। बाणी मैं तेनू किन्ने बारी कहा ना, तू आ कपड़े कुपड़े धोण दा काम ना करया कर, पोते दी दादी बनाउणा तू मैनू, पोते दी आ मेरी धी आराम कर लै। मैं तां पोते दा नां भी सोच रख्या, कुलतार रखूं, कुल नूं तारू, पीर दी सुख सुखी है, ते डेरे वाले साध दे भी लंगर करना सुख के आई आ। पी जी बच्चा जो भी होवे कुदरत दी देन, बच्चा ते बच्चा ही है ना। कुदरत दी ऐसी दी तैसी, जमना तां तू है ना, ना मैं नहीं जम्मे दो शेरां वर्गे। कुड़ी बारे तो मैं सोचा ही नहीं सी, सोचे भी मुंडे तो जम्मे भी मुंडे। बे तू की झाकदा कोठे ते खड़ा, पापा तो तुर गया तेरा पोते नू तरसदा, पर मैं नहीं मरना पोता खड़ा होए बिना। कह दे इनू, बोल गुरमुखा बोल। गुरमुखा, ओ गुरमुखा, किथे दी टिकट कटाई हुई है, चाह उपर आए के तू थले आएगा। मैं आना जी, नाले आज दी रोटी भी साड़े वाली खाली, बिंदर ने साग तरिया है जी। नाले बाबे दी बाणी दे लड़ किन्ने के बजे लगना है? बाणी दा लड़ते हुण कदे छड़े ही नहीं जाना जी। है की के है? मैं क्या जी, मैं खालांगा जी। सतनाम वाहे गुरु। सतनाम वाहे गुरु। लिखदा केड़ा है, केड़ा मेरी जान दा दुश्मन। ओए लॉटरी, ए चिट्ठी तेनू नहीं आई? नो, किसे दी चिट्ठी पढ़ना इस बेईमानी। भाई पोंग, तुसी दसो हुण की करा मैं। है सौं जा। है जी सौं जा। ठीक है जी, गुड नाइट। सतनाम वाहेगुरु। पता नहीं कौन लिखदा चिट्ठी ना। ओए लॉटरी सौ जा, नहीं तो मैं थल्ले आके तौड़ी ला देनी है। सॉरी भाई। आ गुरमुख पहला ट्रांसपोर्ट महकमे च काम करदा ही। क्यों की होया? आ वेखो ना, कदे ट्रेन बन जांदा, कदे बस बन जांदा। वैसे नीतू मैडम है की भुल्लर सर, मेनू तो यह जमा ही मेंटल लगता। ओ सर जी, होंडा सौदा पत्ता वध लगन लग गया, जदों दे नवे सार आए ने जवाका दी हाजरी भी वध गई, हुण ना तुसी चौला चौला च कुंडी घट लाया करो जी। तां इत्थों हौली नहीं बोल हुंदा, कुंडी घट लाया करो, कुंडी घट लाया करो। मैडम मैं 2 मिनट तक चौक ते जाके आया, बस मैं गया ते आया, तुसी जद तक ट्रेन नूं झंडी दिओ कुंडी ना लाया करो। चलो जी, हुण तां रोटी खाण वाले आउणगे जी। बस बस बस, स्टॉप 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 स्टॉप। अच्छा बच्चियो, कल मैनूं पता ऐतवार है, ठीक है ना, छुट्टी का दिन है, पर तुसी सारे ने कुछ घंटे कढ़ने हैं बगीचे वास्ते। आओगे सारे? असी नहीं आना सर जी। क्यों? कल्ला वाले साहब दा मेला है सर जी। फिर सारा पिंड ही जांदा सर जी। अच्छा सारा पिंड जांदा है? हां जी। फिर तुसी क्यों नहीं जाना, तुसी भी जाओ सारे। थैंक यू सर जी। सर मैं आ जाऊंगा जी स्कूले। क्यों पुत, तू नहीं जाना मेले? ए किदे नाल जाऊंगा सर जी, एदी मम्मी तो चुप-चुप जी रहंदी है, ते इहदे डैडी इहनां नूं छड्ड के भज गया। नहीं बजे डैडी मेरे, नहीं बजे,
मेरी मम्मी कहती है मेरा डैडी पक्का आऊगा मेरा डैडी। सर जी तुसी भी देख लियो पक्का आऊगा मेरा डैडी। जाओ बच्चे। नानक निर्गुण गुण करे गुणवंतिया गुण दे। बाणी। हाँ जी। तू सारा दिन बाणी पढ़ती अखती नहीं। गुरमुख जी जेडे कारज तो इन्नी खुशी ते सुकून मिलदा होवे ओ ता अकेवे ते थकेवे नू नेड़े नहीं लगन दिंदा। तुसी वेख्यो जिस दिन थोनू बाणी दा ज्ञान हो गया ना उस दिन बहुत सारे सवाल हल हो जाने। अच्छा जी। हाँ जी हाँ। ना जी ना। सवाल ता उदे हल होणगे जदों पोता हो। आज ही दोनों जने शहर जाओ ते टेस्ट करवा के आओ। डॉक्टर ने ना सारी गल हो गई है। टेस्ट ता हो ही हो। जे कुड़ी होई ता सफाई भी हो। बेबी। ना 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 ना। बोलना नहीं सिर्फ समझना है ते अमल करना है। समझ गए दोवें जी? बेबी। 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 मास्टर जी, मास्टर जी। हाँ जी, हाँ जी। क्या बात? सुख तो है? हाँ जी, हाँ जी। सुख है जी। इधर आओ, आओ इधर, बैठो। माफी चाहना सूबेदार साहब। पता नहीं अपने किड़े ख्यालां दे वहना च बह गया सी। तुहानू सुन ही नहीं सकिया। मास्टर जी, कई गल्लां कई दुख घटनावां इह जिहियां हुंदियां है जो बंदे तो उहदा आपा खोल लैंदियां है। ए मेरी बेटी बिंदर किसी टाइम चुप ही नहीं सी रहिंदी। मैं उहनूं रेडियो कहिंदा हुंदा सीगा। हुण देख लो हालात ने ऐसा म्यूट दा बटन दबिया है कि मेरी बेटी मिट्टी दी गुड्डी बन के रह गई है। सुखी बिंदर दे घर आला जदों इराक गया है बहुत खुश सी। तीसरे दिन उहदा फोन आ जाना बड़ी खुशी दे दिन निकले। हो अज आंदा है कल आंदा है कहिंदे ने कई साल लगाते पर वो आया नहीं मुड़ के। हुण तां 10 महीने हो गए हैं ना उहदा कोई फोन आया ना कोई चिट्ठी पत्र। कोई कहिंदा है वो अमरीका नूं निकल गया है। कोई कहिंदा है इराक च अतवादी है ने। पता ही नहीं लगदा सब्जी नहीं पैंदी। सूबेदार साहब घबराहट तां हुंदी है फिर बंदे नूं कुछ माड़ा सोच के। बरखुरदार फौजी हाँ घबराहट तक कदे कातर दी जंग च नहीं हुई मैनू जिथे ए सीना छली हो सकता सी। धी दा विन्या कलेजा बर्दाश्त नहीं होंदा मैनू। बिंदर मेरे सामने तो चुप चुप जी रहती है पर मैं जानता है कि जिन्नी वो शांत दिसदी है उन्नी है नहीं। मास्टर जी मैं प्यो है उदा जानता है सब कुछ कि वे लुक लुक रोंदी है वो। सुखी सुखी मुक गया उम्मीदा रब दा पाड़ा है पर तो खबरदाश्त नहीं होना मेरी धी तो। बड़ा प्यार करती है उस सुखी नूं। सुखी साहब
ਤੁਸੀਂ ਇਦਾਂ ਕਰਦੇ ਚੰਗੇ ਨਹੀਂ ਲੱਗਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਪਾਪਾ ਛੜਾ ਸੀ ਜੀ, ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫ਼ਤੋਂ ਮੁਫ਼ਤੀ ਤੇ ਨਾ ਧਰਤਾ ਲਾਟਰੀ। ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ, ਜਿਹਨੂੰ ਆਈ ਨਹੀਂ ਪਤਾ ਵੀ ਉਹਦਾ ਧਰਮ ਕੀ ਹੈ, ਗੋਦ ਕੀ ਹੈ, ਜਾਤ ਕੀ ਹੈ। ਲਾਟਰੀ ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ? ਮਾਨਸ, ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ, ਮਾਨਸ ਕੀ ਜਾਤ ਸਭ ਏ ਕੇ ਪਹਿਚਾਨ। ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ, ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਭਈ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ? ਰੱਬ ਦਾ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫਿਰ ਪੁੱਛਾਂ ਉਹਦੀ ਜ਼ਾਤ ਕੀ ਹੈ। ਬੈਂਕਾਂ ਵਾਲੇ ਜਮ ਤੂੰ ਤਾਂ ਮੈਨੂੰ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ, ਇੱਕ ਤਾਂ ਜਿਹੜੇ ਸਿਰਫ ਸੋਚਦੇ ਆ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਆ ਭਈ ਆਹ ਮੈਂ ਕੀ ਕੀਤਾ। ਮਾਸਟਰ ਹੁਣ ਮੈਂ ਤੋਂ ਗਲਾਵੇਂ ਜਾਤ ਨਾ ਬੋਲੀ, ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ, ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ, ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ। ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ, ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਚਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ, ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ ਚੋਗ ਤਾਂ ਉਹ ਦੇ ਹੀ ਦਿੰਦਾ। ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ ਕਰ ਦਿਓ। ਮਾਫ ਮੂਫ ਨਹੀਂ ਕਰਦਾ ਕਿਸੇ ਨੂੰ, ਅੱਜ ਫੇਰ ਕਿਸੇ ਦਾ ਬੇੜਾ ਬੈਠਾ। ਉਹ ਮੇਰੀ ਲੋਈ ਸਮੇਤ ਕੋਈ ਸਕੂਟਰੀ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕੇ ਖਿਲਾ ਰਿਹਾ ਸੀ ਮੈਂ, ਕੋਈ ਚੋਰੀ ਨਾ ਕਰਨਾ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਮੇਰੇ ਹੁੰਦਿਆ ਤੇਰੇ ਭਰਾ ਦੇ ਹੁੰਦਿਆ ਕਿਹੜਾ ਲੈ ਗਿਆ? ਮੈਂ ਲੱਭ ਕੇ ਦੇਊ ਤੇਰਾ ਵੀਰ, ਸੱਚਾ ਵੀਰ ਸੱਚੇ, ਪਰ ਰੁਪਿਆ 200 ਲੱਗੂ। ਹੈਂਗਰ ਜ਼ਿੰਦਾਬਾਦ ਨਹੀਂ, ਹੈਂਗਰ ਮੁਰਦਾਬਾਦ। ਕਿਉਂਕਿ ਹੈਂਗਰ ਔਰ ਲਾਟਰੀ ਹੈ ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ। ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ, ਫਿਰ ਉਹੀ ਲਵਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਆ, ਔਰ ਪਿੱਛੇ ਖੜਿਆ ਸਕੂਟਰ ਤੇਰਾ। ਠੀਕ ਹੈ, ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ, ਹੈਂਗਰ ਤੇ ਲਾਟਰੀ ਮੁਰਦਾਬਾਦ। ਉਹ ਸੌਰੀ ਯਾਰ, ਸੌਰੀ। ਹਾਂਜੀ ਪੁੱਤ। ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ, ਮੈਂ ਉਹਨਾਂ ਨਾਲ ਚਲਾ ਜਾਵਾਂ। ਉਹ ਬੋਲੋ ਮਹਾਰਾਜ ਕੁਛ। ਤੇਰੀ ਖੁਸ਼ੀ ਲਈ ਤਾਂ ਮੈਂ ਜਿਉਂਦੀ ਆ। ਅੱਛਾ, ਫਿਰ ਮਿੱਠੂ ਜੜ ਦਾ ਕੁੜਤਾ ਪਜਾਮਾ ਕੱਢ ਦਿਓ, ਮੈਂ ਆਇਆ ਨਹਾ ਕੇ। ਆਜਾ ਆਜਾ ਸਰ ਜੀ, ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ। ਲੈ ਆਪੋ ਤਾਂ 2 ਕਿਲੋਮੀਟਰ ਦੂਰ ਤਾਂ ਮੇਲ ਹੈ ਸਾਰਾ ਆਪਣੇ ਪਿੰਡ ਤੋਂ, ਹਨਾ 1/2 ਕਿਲੋਮੀਟਰ ਆਪਾਂ ਆ ਵੀ ਗਏ। ਕਿਉਂ ਥੱਕ ਗਿਆ ਤੂੰ? ਓਹੋ ਸਰ ਜੀ, ਗੱਲ ਥੱਕਣ ਦੀ ਨਹੀਂ ਆ, ਮਿੱਠੂ ਜੱਟ ਦੀ ਟੌਰ ਖਰਾਬ ਹੁੰਦੀ ਆ ਤੇ ਹਾ ਡਸਟ ਵਾਲਾ ਪਾਊਡਰ ਫ੍ਰੀ ਚ ਮੇਕਅਪ ਕਰੀ ਜਾਂਦਾ। ਸਮਝਿਆ ਕਰੀ ਦਾ ਨਾ, ਟ੍ਰਾਈ ਟੂ ਅੰਡਰਸਟੈਂਡ। ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ। ਸਰ ਜੀ ਦੇਖੋ, ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ, ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ। ਨਾ ਪੁੱਤ, ਆਜੂ ਡੈਡੀ ਵੀ, ਤੇਰੀ ਗੱਲ ਚੱਲਦਾ ਰਹੀ ਹੈ ਬਾਬਾ ਜੀ ਨਾਲ, ਹਨਾ? ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ।
वैसे सर जी थोड़े डैडी की कम कर दिया मेरे डैडी दी ना पुत बाबा जी को पक्की ड्यूटी लगी हुई है अच्छा एदा मतलब थोड़े डैडी जी दी यस होगी यस नहीं पुत डेथ होगी उन्हें दी डेथ के अंदर सर जी बैड शब्द मैं हजे शब्द ना यूज नहीं करता वैसे सर जी तुसी अपने डैडी जी नाल मेला देखण जांदे सी मैं तो पुत मेला ही अपने डैडी जी दे नाल देखण जांदा हुंदा सी डैडी दे कनेड़े चढ़ के मेला देखण जाना मेला एड्डा वड्डा दिसदा हुंदा सी डैडी दे कनेड़े चढ़ के उत्थे चंडोल झूटनी उत्थे पकौड़े खाने कुल्फा खाना डैडी जी आ लै दो डैडी जी आ लै दो तैनूं पता डैड की होया मिठू रुक गया मेले नहीं जाना सर जी मैं मेला नहीं देखना क्यों हुन ता मैं मेला कनेड़े चढ़ के देखूं आ जा पुत मेरा फिर आ जा बह जा कनेड़े आ थोड़े नहीं सर जी अपने डैडी दे ए गल मिठू दी पक्की आ कच्ची नहीं मिठू 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 बाबा जी डैडी तो मेरे है गया ਹੈਗਿਆ ਨਾ ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦੋ ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦੋ ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਾ ਕੱਟੀ ਹੋ ਜਾਣੀ ਆ ਰਾਤ ਨਾ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਹਾਂ ਹਾਏ ਮੇਰਾ ਬਸ ਸਿਰਾ ਫੀਲਿੰਗ ਫੇਰ ਬਈ ਫੇਰ ਕੀ ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ ਫਿਰ ਅਖੀਰਲਾ ਲੜ ਤਾਂ ਵਾਲਾ ਔਖਾ ਲੱਗੇਗਾ ਨਾ ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂਗੇ ਪੱਗ ਸੈੱਟ ਕਰਾਉਣਾ ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ 'ਤੇ ਜਾਣਾ ਅਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ 'ਚ ਲੈਣ ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ ਫਿਰ ਲੋਕ ਹੀ ਵਿਕਾਸ ਆਇਆ ਕਰਨਗੇ ਫੋਟੋਆਂ ਕਰਾਉਣ ਵਾਲੇ ਸ਼ੋਅ ਬੁੱਕ ਕਰਨ ਵਾਲੇ ਨਾਲੇ ਆਹ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਨਾ ਇਹ 80 ਦਾ ਪਿੰਡ ਵੱਜਿਆ ਕਰੂਗਾ ਦੇਖੀ ਜਾਈ ਤੂੰ ਹਲੇ ਗੱਲਾਂ ਹੀ ਨੇ ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ ਉਹ ਬੁਲਾਇਆ ਸੀ ਯਾਰ ਇੱਕ ਨੇ ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ 20 ਲੱਖ ਲੱਗੂ ਕੱਢ ਦਿੰਦੇ ਆ ਸੀਡੀ ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ ਉਹ ਲੈ ਉਹ ਲੀ ਤੇ ਤਾਂ ਆ ਗਈ ਸਮਝੋ ਆਹ ਕਦੇ ਫਾਰਚੂਨਰ ਆਹ ਕਦੇ ਮਰਸੈਡੀ ਆਹ ਕਦੇ BMW ਜਿੰਨੀ ਮਿੱਟੀ ਵਿੱਚ ਲਿਟਣੇ Dad, my God, sorry, Dad. ਜ਼ੁਬਾਨ ਨਹੀਂ ਖੋਲਣੀ
क्योंकि अज बोलिया होया तेरा एक भी लफ्ज मैनु चलात बना सकता है, क्योंकि मेरी ती हीर दियां बातां नहीं पा सकती। जे ओ सरा तुरी ना ते तैनू ते ओनू इन्ना राहत किते दफन करके रख दूंगा। और एक गल होर, ये गल मैं तैनू दोबारा नहीं कहनी। डैडे दा कॉलेज खत्म, बहुत हो गया पढ़ाइया, हुण इहनू सिर्फ एक डिग्री मिलो व्याह दी। असी ਜਿਉਂਦੀ ਹੈ ਮਰੀ ਨਹੀਂ, ਬਾਪ ਹੈ ਮੈਂ ਉਹਦਾ। ਨਹੀਂ ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ। ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਓ ਤੈਨੂੰ, ਪਿੰਡ 'ਚ ਪੋਰਾ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਰੇ ਤੋਂ। ਜਿੱਦਣ ਤੂੰ ਮਰੇਗਾ ਨਾ ਸੀਐਮ ਆਊਗਾ, ਸੀਐਮ। ਜਦੋਂ ਪਰਛਾਵਾਂ ਕੱਦ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ। ਧੀਏ ਇੱਕ ਖੂਹ ਤੇ ਇੱਕ ਆਸ਼ਿਕ, ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ। ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ। ਇਸ਼ਕ ਤਾਂ ਵੀ ਡਾਢਾ ਹੀ ਔਖਾ। ਆ ਤੂੰ ਵੀ ਤਾਂ ਵੇਖ ਲੈ ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ, ਚੰਗਾ ਸ਼ਿੰਗਾਰਿਆ ਅਗਲਿਆਂ ਨੇ। ਜੱਟ ਕਨੀ ਦਾ ਝਾਕ ਦੇ ਵੀ ਲੋਕੀ ਪੁੱਛ ਕੇ ਆ, ਹੱਥ ਕਿਹੜਾ ਲਾਜੂ, ਖਿਲਾਰ ਕੇ ਨਹੀਂ ਰੱਖ ਦੂੰ। ਆਇਆ ਵੱਡਾ ਇਹ ਦੇਖ ਵੀ ਕਾਕਾ, ਇੱਕ ਤਾਂ ਨਸ਼ੇੜੀ, ਉੱਤੋਂ ਕੁੜੀ ਦੇ ਭਾਈ, ਕੁੱਟਿਆ ਬਹੁਤ ਬੇਕਰ ਖੋ ਕੇ ਉਹਨਾਂ ਨੇ। ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ। ਗੱਲ ਸੁਣ, ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ, ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ, ਤੇ ਫਿਰ ਤੂੰ ਤੇ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ? ਯਾਰ ਮੈਂ ਤੇ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ, ਤੇ ਜਦੋਂ ਇੱਕ ਦੂਜੇ ਨੂੰ ਚਾਹੁਣ ਲੱਗ ਪਏ ਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਓ। ਹੱਦ ਹੈ ਯਾਰ, ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜੂ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ, ਇਹ ਤਾਂ ਫਿਰ ਮੋਹ ਦਾ ਰਿਸ਼ਤਾ ਯਾਰ, ਇਹ ਕਿਵੇਂ ਟੁੱਟ ਜੂ? ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ। ਹਾਂ ਉਹ ਇਸ਼ਕ ਹੈ, ਕੋਈ ਡੀ ਜੇ ਵਾਲਾ ਗਾਣਾ ਥੋੜ੍ਹੀ ਆ ਵੀ ਘੜੀ ਕੁ ਨੱਚ ਲਏ ਭੁੱਲ ਗਏ ਬਾਅਦ 'ਚ। ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ? ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਾਈ। ਠੀਕ ਹੈ, ਬਾਕੀ ਫਿਰ ਰੱਬ ਮੰਨ ਲੈਂਦਾ ਹੁੰਦਾ। ਮਹਾਰਾਜ ਕਹਿੰਦੇ ਆ ਨਾ, ਸਤਿਗੁਰ ਹੋਏ ਦਿਆਲ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸੱਚਿਆਈ ਤੇ ਕਾਇਮ ਰਹੀਦਾ ਬਸ ਜਵਾਨਾ, ਮਿਲਦੇ ਹਾਂ। ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ, ਇੱਥੋਂ ਦਿਲ ਨਾਲ ਕਰਨਾ, ਉਮੀਦ ਨਾਲ ਕਰਨਾ, ਮਜ਼ਬੂਤ ਇਰਾਦੇ ਦੇ ਨਾਲ ਕਰਨਾ, ਪੂਰੇ ਚਾਅ ਨਾਲ ਕਰਨਾ, ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ। ਇੱਕ ਵਾਰੀ ਇੱਕ ਬੰਦਾ ਨਾ ਮਿੱਟੀ ਦਾ ਖਡੌਣਾ ਲੈ ਕੇ ਬਹਿ ਗਿਆ, ਲੱਗ ਪਿਆ ਉਹਦੀਆਂ ਮਿੰਨਤਾਂ ਕਰਨ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਸ਼ਾਮ ਨੂੰ ਜਾ ਕੇ ਅੱਕ ਗਿਆ, ਥੱਕ ਗਿਆ, ਦੁਖੀ ਹੋ ਕੇ ਕਹਿੰਦਾ ਸਹੁਰਿਆ ਸੋਨੇ ਦਾ ਨਹੀਂ ਹੋਣਾ, ਤਾਂਬੇ ਦਾ ਹੀ ਹੋ ਜਾ। ਉਦੋਂ ਕਿਤੇ ਕੁਦਰਤ ਨੇੜੇ ਹੋ ਕੇ ਸੁਣਦੀ ਸੀ, ਝੱਟ ਦੇਣੀ ਉਹ ਖਡੌਣਾ ਤਾਂਬੇ ਦਾ ਹੋ ਗਿਆ, ਫਿਰ ਲੱਗ ਪਿਆ ਪਛਤਾਉਣ ਮੱਥੇ ਤੇ ਹੱਥ ਰੱਖ ਕੇ, ਵੀ ਆਹ ਕੀ ਕਰ ਬੈਠਾ ਮੈਂ, ਬਈ ਮੈਂ ਤਾਂ ਆਹੀ ਕਹੀ ਜਾਂਦਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਤਾਂ ਹੁਣ ਸੋਨੇ ਦਾ ਹੋ ਜਾਣਾ ਸੀ। ਸੋ ਉਹਦਾ ਨੁਕਸਾਨ ਕਿੱਥੇ ਹੋਇਆ ਪੁੱਤ? ਜਿੱਥੇ ਉਹਦਾ ਇਰਾਦਾ ਢਿੱਲਾ ਪੈ ਗਿਆ। ਠੀਕ ਹੈ, ਸੋ ਬੱਚਿਓ ਇਰਾਦਾ ਢਿੱਲਾ ਨਹੀਂ ਪੈਣਾ। ਵੈਰੀ ਗੁੱਡ, ਹੁਣ ਬਾਕੀ ਕਲਾਸ ਆਪਾਂ ਬਾਹਰ ਲਾਉਣੀ ਹੈ। ਠੀਕ ਹੈ, ਚਲੋ 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 ਚਲੋ। ਕਿੱਦਾਂ ਮਾਸਟਰ ਜੀ? ਬੜੀ ਮਿਹਰਬਾਨੀ ਸਰ, ਤੁਸੀਂ ਦੱਸੋ ਜੀ, ਰਿਟਾਇਰਮੈਂਟ ਤੋਂ ਬਾਅਦ ਕਿਤੇ ਕੋਈ ਡੇਰਾ ਡੂਰਾ ਖੋਲਣ ਦਾ ਇਰਾਦਾ ਤਾਂ ਨਹੀਂ? ਸਕੂਲ ਨੂੰ ਸਕੂਲ ਹੀ ਰਹਿੰਦੇ ਹੋ ਬਾਬਿਓ। ਆ ਮੈਂ ਜ਼ਰਾ ਦੋ ਕੁ ਮਿੰਟ ਆਇਆ, ਕਮੇਟੀ ਦੀ ਬੋਲੀ ਹੈ, ਧਿਆਨ ਰੱਖਿਓ ਮੇਰੀ ਕਲਾਸ ਦਾ, ਬੜੀ ਖੱਪ ਪਾਉਂਦੇ ਆ, ਮੈਂ ਬਸ ਗਿਆ ਤੇ ਆਇਆ।
तेरा लिखिया व्यर्थ नहीं जाऊगा पुत। लाटरी लाटरी तो तेरा छोटा नाम होया, वड्डा नाम की है तेरा? वड्डा लाटरी। अच्छा ये होए की होया भाई? ओए साडा गोद है ही। अब हैंगर। हाँ जी। तू इसे धरती दे गेड़े दे दे के केड़ियां गिनतियां मिनतियां च पिया? चाह नहीं पियानी अज भाई? ओ प्या दिने आ मास्टर जी, इधर खंड वाला डब्बा गवाच गया। लभ दिने आ पर पैया 100 लगू। खड़ जा किरो वड्डा सप्प, तेरी मेदो सीम। ओ बल्ले हैंगर दा कुत्ता हैंगर नहीं बौ बौ हुण बड़ा टपदा है, दुख लगे आपदी आ रही। देखो जी जदों अपने डंग वजदा तकलीफ तां उदों ही हुंदी है। सप्प हां जी दे भी खंड वाला डब्बा हैंगर दा। लै भाई चक डब्बा, अज एक कप नहीं दो कप चाह दे बना के लिया। ठीक आ हां मतलब? मतलब की मार्डर बाड़ पढ़ा गया अपन, कोई ना अपनी बारी भी आऊ कदे। लाटरी। हाँ जी। वारी तो तेरी मित्र प्यारिया बहुत सोहनी आने वाली है। क्यों है? वो जिहड़ा सतनाम वाहिगुरु नूं चिट्ठियां लिखदा सी ना, उहदा पता लग गया? ना लग गया नहीं। नहीं नहीं मैं कह रहा कि उहनूं लभ लिया। ना मैं क्यों लभा? नहीं नहीं मैं लाटरी तेनूं इह कह रहा कि मैं उहदा पता ला लिया जिहड़ा सतनाम वाहिगुरु नूं चिट्ठियां लिखदा। कौन कौन? मेरी क्लास की एक बच्ची है ज्योति, वो लिखती है सतनाम वाहिगुरु जी नूं चिट्ठियां। मां गुजर गई सी उहदी, इस पिंड अपने नाने नानी कोल रहिंदी है। 2 साल तो अपनियां चिट्ठियां ते जवाब उड़ीकदी है बेचारी। कमली है गुड़ी, और जेड़ी चिट्ठी पहुंचनी नहीं मास्टर जी, उहदा जवाब कौन कौन लिखूगा? जवाब तो लाटरी उहदा सतनाम वाहिगुरु ही लिखेगा। सतनाम? सतनाम वाहिगुरु किथे है? सतनाम वाहिगुरु आ देख, उहदा अपने बंडल बचन है, उहदे च सतनाम वाहिगुरु, मेरे च सतनाम वाहिगुरु, ज्योति च सतनाम वाहिगुरु, और तेरे च भी है सतनाम वाहिगुरु। हुण पता नहीं कि सतनाम वाहिगुरु ने किदे तो चिट्ठी लिखा लेनी है। आ फड़ तेरी अमानत, हुण चाहे पी ते चाहे डोल दे, तेरी मर्जी है। चंगा जी। मास्टर ने तेरे कान च की किया मैनू नहीं पता, पर शरेआम बोलण वाला बंदा जदों कान च गल करदा फिर मसला कोई आम नहीं हुंदा। आओ पुत जटां दा हलवाउंदा वड्डे तड़के दा, आओ तेरी अखां मूरे कम दी जरूरत प्यारी। ओए हां वी डड, कदे कठे ते कदे अड्ड है। अरे भाई इतना सन्नाटा क्यों है? मार दे करा शैदर के मिठे जे बोल सुना के। हैं आसिक मैंनो भूल जाई हमेशा ले। अच्छा मैं क्या हुणी भूल जा के बाजा पासे रख के भुला भाई? ऐ हंसता रही, कल मेरी एंगेजमेंट है, हो सके तो मैंनो माफ कर दे। ओ हेलो 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 ओ हेलो चारे पासे दिसन हनेरे ते चन चढ़
सुनिया तू है बख्शन हारा सानू बख्श दियो तेरे लड़ लग के ता बंदा डुब के हड़दा नहीं दुख जिंदगी ते पारे सब पासे आं तो हारे दुख जिंदगी ते पारे सब पासे आं तो हारे दाता जी वैसे लाला जी हांजी कोई काम रह गया सी तो भी विच ही ऐड कर लेना सी बाकी तो है ये सारे आलमोस्ट ओ की करिए मास्टर जी लोड़ा ही बहुत ने नाले जे कोई होर काम भी कर सकदा होया तो वो भी दस्यो हुण पुरानी हट्टी दे तां जानू रहे मान देश मित्र वड्डा जनरल स्टोर भी खोल के देना है ना गल है एक ना मैनू क्यों नहीं खोल के देना वो मेरे घाटे दिया सौदिया वो मेरे रोंग नंबर तेरा ना ही देश मित्र है पेट्रोल का तेरा पुट्ठा ना है मान पेट्रोल ना ही रखता तेरा तू तो दूं ही अग फल लग गया गल है एक ओ बुद्धी ओ भी पंजार दो किलो पा देना ते आलू पा दें किलो का ठीक है सो हिसाब ये बोधी की हुंदा जी एको पिंड दे हो सत्कार दे हो एक दूसरे नु गुरमुखो है शंभूनाथ जी को लाला जी को सेठ जी को ओ बस कर यार मास्टर मेरी किस्मत ने मेरा पहला मजाक बनाया पे उतो तू सिर खाई जाना एक किस्मत ना चार अखरां दा एक शब्द है जिन्हों तेरे वर्गे कमजोर ते नलायक पहाड़ बना के सिर दे उत्ते रख लेंदे है एक लाला शंभूनाथ जी है किस्मत दा एक घोड़ा बना के जिंदगी दे नवें सफर ते हो तुरे है चोरां ने भरी भराई दुकान खाली करती सी ना लाला जी ने जहर पीता ना ही किस्मत दा रोना रोया जवान जहान है लाला जिंदगी नू अगे क्यों वेला फिरदा रहना खुशियां बीत जवाना हासे उगणगे हासे बेहिमते ने जो शिकवा करन मुकद्दरां दा उगण वाले उग पैंदे ने पाड़ के सीना पत्थरां दा ऑटोमोटर ससरीकाल नमस्कार जी ससरीकाल जी ससरीकाल बेबोदी ऑटोमोटर किवें लाए ने चणके बे दएंगा किवें बोल के दऊं होर तन्नू आई फड़ा दूं पानी आंटी जी शंभूनाथ कहो चंगा शंभू चाचा जी चंगा भी शेदा लिख लो फिर है यों बस दो है पानो आंटी जी वे अगे तो मैनू कमली दसदा सी एह वे कदों तो ओ सही नंबर हो मिलया ओ मैं तो आप ताजा ताजा शंभू चाचा बनया मास्टर जी जेड़े रहा आए हैं उसे रहा बैक हो जो
की गल हो गई? अज पिहाउण वाले भी पी फिरदे ओ जिहड़े पींदे सी तुसीं पीनो हटाते सप भी ना पींदा नेम चक गया लाटरी भी नहीं हथ लाउंदा पिया हैंगर मास्टर जी अगे ना वधो बैक हो जाओ तुसीं प्रवचन दिंदे आ भाषण दिंदे आ मेरा सारा कम मिट्टी करके रखता कोई गल नहीं सोही वर्गे पंजाब च अजे बड़े बैठे शराब नूं प्यार करन वाले लाटरी बह जा चाह पीने आपां ओ चाह वाला बिजनेस बंद करता तुरदे फिरदे नजर आओ तुरदे फिरदे लाटरी तू तां पी ला तेरा दारू बिना कौन है लाटरी सोही साहब नहीं नजर आ रहे दिखया नहीं कई दिन तो मैं लगता उहदी खबर लगन वाली है खुदकुशी दी फसल नहीं तो नस्ल नहीं कर्जा ही कर्जा मर जा तू मर जा वाह ए हुंदी आ अणखली गल वो जिहड़ा पदार्थ पिछे लुको के रखिया उहनूं अगे रखो लुको के कीता जाण वाला काम या चोरी हुंदा या पाप ना तो तुसीं चोरी कीती है ना पाप कीता जमना ते मरना उस कुदरत का नियम है पर इंसान परमात्मा और कुदरत तो अगे लंघता जा रहा है मरना उन्हें अपने हाथ च कर लिया है मैं थोनू मरण तो रोकन नहीं आया मैं तो सोचा कि चलो जाते बंदे ना दो चार गल कर लीए की ना थोड़ा हाँ दलेर सिंह सोही काम भी दलेरी वाला कर रहे हो बहुत बहादुरी का काम है मैं समझ नहीं आती कि साहब सच्चे पातशाह गुरु गोबिंद सिंह साहब नूं की सुझी अपना परिवार गवा के पातशाहियां लुटा के चारों बच्चे कुर्बान करके फिर भी चढ़ती कला च रह के यो ही कहा इन पुत्रन के शीस पर वार दिए सुतचार चार मुए तो क्या हुआ जीवत कई हजार पर अफसोस कि उन्हां दी कौम दे वारिस अज एक ट्रैक्टर गवा के फसल च काटा खा के अजहर दियां बोतलां चुकी फिरते ने ठीक है जी मर्जी है तुहाडी हाँ कोई आखरी ख्वाहिश होवे तां दस दिओ जां लाणेदारनी नूं कोई सुनेहा देना होवे जां अग्यापाल सिंह नूं कुछ कहना होवे जिन्हें बेचारे ने सवेरे कर्जा चुक के तुहाडियां अंतम रस्मां करनियां ने चलो मिलते हैं आओ मिलना तो कादा हूँ क्योंकि गया बंदा कदे मुड़ता नहीं ते अगला जन्म हुंदा नहीं
काश अगला जन्म हुंदा, मैं एक बहादुर इंसान बन के पैदा हुंदा। मेरिया कमजोरियां ने मेरे राह सुन्ने करते। अपने मुकद्दरां च हनेरे मैं आप लिख ले। देखो जी, साड़ा तो बिजनेस है, मैं अबोर्शन नहीं करेंगी तो कोई होर करेगा। तुसी चंगी तरह सोच लो, उहदा फिफ्थ मंथ चल रहा तो अबोर्शन करन नाल उहदी जान नूं खतरा भी हो सकदा। कुछ नहीं हुंदा उहदी जान नूं, तुसी अपना काम करो। देखन नूं तो तुसी बड़े जेंटल लगदे हो। अबीबी चुप, तुसी अपनी कहती असी अपनी कहती। भाई साहब तुहानूं आके कुछ पेपर साइन करने पैणगे। जा जा हुण। बीबी सोच ले। जा हुण। ਜਾਇਆ ਸੀ ਨਾ ਤੁਹਾਨੂੰ, ਉਹਦੀ ਸਾਰੀ ਬੋਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ ਹੈ। ਹਾਂਜੀ, ਗਿਣਤੀ ਦੇ ਸਾਈ ਆ ਉਹਦੇ ਕੋਲ। सिर्फ तू चाहिए बाणी, मैनू और कुछ नहीं चाहिए बाणी। तू ड्रॉप कर चलिए। वाणी, मेरा तेरे नाल प्रॉमिस है,
मैं अगे तो कदी नहीं रोव ठीक है अज एक बारी रज के रोलन से बड़ी पुत तेरा बापू किधर नो गया ओ जाना किथे बेबे मैंने तो लगदा ओ हले उठे ही नहीं तेरा दिमाग ता ठीक है आखे उठे या नहीं पाठी लगदे नु ता उठ खड़दा ओ ओ पता नहीं बेबे किथे यार मैं नहीं देखया अच्छा वे आसी कुछ करता नहीं लिया उन्हें जमे पट्टे जावांगे आपा ता बापू बापू दा वो जागदा जिमें है जिमें तुंदे च गधा जागदा होवे ओए मैं तां माड़ा जिहा शरीर खोल रहा सी सालो जमा जंगा लै पिया आपदी मां नूं कह दुध गर्म करे लेचियां लुचियां पा के माड़ा जिहा मख्याल भी पा देवे मख्याल ओए हनी लै बेबे पा लै अपने आने लई दुध च हनी इहदे वास्ते भी कर ली थोड़ा जिहा अज तों मैं ते मेरा पुत खेतां च टग्गियां वांगू काम करया करांगे टग्गे बढ़दे यार मेरा पुत नक्के मोड़िया करू वाडियां करया करू नाले दी उत्थे गाउण दी प्रैक्टिस हो जाया करू नाले जिम लग जाया करू मन गए भी हट दी स्कीम नू हुण नहीं हथ लाउंदे शराब दे भीम नू चलो आजा आजा महाराज लम्मी आमरा दवे बैंक वालिया नू जे वो ट्रैक्टर ना लेके जाते तो साढ़े वाले बंदे ने बंदा नहीं सी बनना मुद्दा बाद हसते देखे आसी दे बापू नू शुक्र है दात्या शुक्र है सर मेरे प्यारे बच्चियो ਕੀ ਹੋਇਆ ਸਰ ਜੀ ਮੈਂ ਨਹੀਂ ਕਰਦਾ ਸਰ ਜੀ ਸੰਗ ਲੱਗੀ ਆ ਨਹੀਂ ਨਹੀਂ ਸੰਗਣਾ ਨਹੀਂ ਪੋਤਾ ਇੱਥੇ ਬੈਜੋ ਕਿਉਂਕਿ ਅੱਜ ਤੁਸੀਂ ਸਰ ਹੋ ਮੈਂ ਸਟੂਡੈਂਟ ਆ ਮੈਨੂੰ ਸਜ਼ਾ ਮਿਲੀ ਹੋਈ ਹੈ ਮੈਂ ਬਾਹਰ ਖੜਾ ਪਿਆਰੇ ਬੱਚਿਓ ਗਿਆਨ ਕਿਤਾਬਾਂ ਤੋਂ ਮਿਲਦਾ ਹੈ ਪਰ ਕੁਝ ਗਿਆਨ ਐਸਾ ਹੈ ਜੋ ਸਿਰਫ ਕਿਤਾਬਾਂ ਤੋਂ ਹੀ ਨਹੀਂ ਬਲਕਿ ਆਮ ਜ਼ਿੰਦਗੀ ਚੋਂ ਮਿਲਦਾ ਹੈ ਮਾਤਾ ਪਿਤਾ ਦੇ ਸਤਿਕਾਰ ਤੋਂ ਸਿਆਣੇ ਲੋਕਾਂ ਦੀ ਸੰਗਤ ਤੋਂ ਨੇਕ ਕੰਮਾਂ ਦੇ ਤਜਰਬੇ ਤੋਂ ਆਓ ਪਰਮਾਤਮਾ ਤੋਂ ਆਪਾਂ ਕੋਠੀਆਂ ਪੈਸਾ ਗੱਡੀਆਂ ਮੰਗਣ ਦੀ ਬਜਾਏ ਨੇ ਕੰਮਾਂ ਦੀ ਦਾਤ ਮੰਗੀਏ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ ਨਾ ਟਰੋਂ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਸ਼ੁਕਰੀਆ ਗੁਰਮੁਖ ਜੀ ਰਾਹ ਵਿਖਾਉਣ ਲਈ ਅੱਜ ਤੋਂ ਸਕੂਲ ਟਾਈਮ 'ਚ ਨੋ ਜਾਣਾ ਨੋ ਆਉਣਾ ਸਿਰਫ ਪੜ੍ਹਾਉਣਾ ਅਤੇ ਇਸ ਦੀ ਸ਼ੁਰੂਆਤ ਹੁਣ ਤੋਂ ਹੀ ਚਲੋ ਨੀਤੂ ਮੈਡਮ ਕਿਆ ਬਾਤ ਹੈ ਜੀ ਇੱਕ ਵਾਰੀ ਸਰ ਲਈ ਵੀ ਤਾਲੀਆਂ ਮਾਰ ਦਿਓ ਬੱਚਿਓ ਸ਼ੁਕਰੀਆ ਆਓ ਮੈਡਮ ਚਲੋ ਆਓ ਜੀ ਆਓ ਜੀ ਲਾਟਰੀ ਜੀ ਮੋਸਟ ਵੈਲਕਮ ਜੀ ਲੇਟ ਹੋ ਗਏ ਤੁਸੀਂ ਤੁਹਾਨੂੰ ਬੱਚਿਆਂ ਦਾ ਜਲਵਾ ਦਿਖਾਉਣਾ ਸੀ ਚਲੋ ਜੋਤੀ ਦੇਖਣ ਆਏ ਉਹ ਕਿਹੜੀ ਹੈ ਨਹੀਂ ਮਾਟਰੀ ਜੋਤੀ ਨੂੰ ਮੈਂ ਜਾਣਦਾ ਦਰਅਸਲ ਅੱਜ ਉਹਦਾ ਜਨਮ ਦਿਨ ਹੈ ਅੱਛਾ ਪਰ ਤੁਹਾਨੂੰ ਕਿੱਦਾਂ ਪਤਾ ਮੇਰੇ ਤੋਂ ਚਿੱਠੀ ਪੜੀ ਗਈ ਸੀ
चिट्ठी पढ़ ली पर लिखी नहीं। ये तो फिर बेशर्मी की हद है लाटरी साहब। अज बच्ची नू चिट्ठी का गिफ्ट ही दे देंदे। लिखनी होनी ठीक है, मर्जी है भी तेरी, चिट्ठियां वाले वीरा। जी क्या सर जी, सर जी मेरी गल सुनो जी। एक मिनट बोलना नहीं ठहर जा, पहले मेरी गल सुन जरा। आ फड़ो 100 रुपया, आज साड़ी ज्योति बेटी दा हैप्पी बर्थडे है। अच्छा। फटाफट हलवाई कोलों जाके ना 100 रुपए दे बेसन दे लड्डू ले आओ। ठीक है जी। बहुत प्यारे वाहेगुरु जी, पछाण तो तुसी ले आई होना। मैं चिट्ठिया वाली ज्योति बोलती हूँ। मेरी मम्मी नू ना मेरे सत श्री अकाल कहना जी। वाहेगुरु जी, अज ना सर ने मेरा बर्थडे बहुत सोहना मनाया। हैप्पी बर्थडे डियर ज्योति, हैप्पी बर्थडे टू यू। हैप्पी बर्थडे ज्योति। सर ने ना मैनु बहुत सोहना गिफ्ट भी दिता। अज भी वाहेगुरु जी थोड़ी चिट्ठी नहीं आई। तुसी जिस दिन दा मम्मी नू कोल बुला लिया है उस दिन तो बाद कदी चिट्ठी दा जवाब ही नहीं दिता। जे हुण भी जवाब ना दिता ना तो मैं मर जाना। मैनू पता लग गया कि मर के मैं मम्मी नू मिल सकदी हाँ। मम्मी दा हाल दस दियो प्लीज। चंगा सतनाम वाहेगुरु जी, मैं थोड़ी चिट्ठी दा वेट करूंगी। प्यारी बेटी ज्योति, बहुत बहुत प्यार। ज्योति बेटा, मैं तेरा वाहेगुरु दुनिया ने उलझा रखिया से तां जवाब नहीं दे सकया। बेटा हुण तेरी हर नवी पुरानी चिट्ठी दा जवाब दिया करूंगा। ज्योति तेरी मम्मी बहुत खुश है बेटा। हाँ सच, असी भी तेरा बर्थडे मनाया सी, केक कटिया सी, उथे परियां आईयां, परियां ने डांस कीता ते सारे ने रल के गाया सी, हैप्पी बर्थडे टू यू, हैप्पी बर्थडे डियर ज्योति। तेरी मम्मी बहुत खुश हुई सी बेटा। पर असी सब ते तेरी मम्मी तेरे नाल नाराज हैं। ज्योति बेटा तू उदास ना होया कर, तेनू उदास देख के तेरी मम्मी बहुत उदास हो जाती है, फिर उदा जी नहीं लगता। तू हसया कर, तू हसती है तो तेरी मम्मी हसती है। तू थले जो भी करती है ना बेटा, तेरी मम्मी सब देखती है। मम्मी का फिक्र ना करी। हाँ सच, मम्मी वालों बहुत बहुत प्यार। तेरा अपना सतनाम वाहेगुरु। लव यू वाहेगुरु जी, लव यू मम्मी। हे सच्चे पातशाह जीओ, तुहाडी कृपा दे नाल संभू वास ने नवा जनरल स्टोर खोलिया। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਉਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ, ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਅਤੇ ਮਾਫ਼ੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚ ਯਾਰ, ਅੱਜ ਤੱਕ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚੀਏ। ਹੋ ਜੇ ਓ ਬਾਈ, ਆਹ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ, ਲਿਆਓ ਰੇ ਆ ਲੈ। ਓ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6 ਖੜੋ। ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ, ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ ਓਏ। ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ, ਕਮ ਔਨ ਲੈਟਸ ਗੋ। ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ। ਐਡਾ ਵੱਡਾ? ਹਾਂ ਚਾਹ ਪੱਤੀ ਠੋਕ ਕੇ ਤੇ ਮਿੱਠਾ ਯਾਰੋ ਰੋਕ ਕੇ। ਕਿਆ ਬਾਤ ਹੈ, ਉਹ ਜਿਹੜਾ ਸਾਡੀ ਬੀਹ ਵਿੱਚ ਦੇਵੀ ਨਾ ਤੂੰ ਹੋਕਾ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਕਮੀਆਂ ਦੇ ਵੇੜੇ। ਓ ਜੀ ਸਭ ਸਭ ਚਾਹ, ਉਹ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨਹੀਂ ਕਹਿਣਾ। ਕੀ ਨਾਂ ਹੈ ਜੀ ਅਸਲੀ ਤੁਹਾਡਾ? ਨਾਗਰਾਜ। ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ? ਉਹ ਕਿਵੇਂ ਹੋ ਬਈ, ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਦੀ। ਚਲੀਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿ ਲੈ ਸਾਡੇ ਕੋਲ ਵੀ ਮਿੱਤਰਾ। ਅੱਜ ਤਾਂ ਜੀ ਆਪਾਂ ਆਗਿਆ ਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ, ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ। ਵੇਖੀ ਮੇਰਾ ਵੀਰ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਛ। ਐ ਕਰ, ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ, ਉਹ ਬਈ ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ। ਹਲ ਫੜ ਕੇ ਨਾ ਬਾਪੂ ਵੀ, ਠੀਕ ਹੈ ਆ ਚੱਕ ਕਰ। ਐ ਲੈ ਆ ਫੜ ਲਈ, ਸ਼ਾਬਾਸ਼ ਆ ਗਈ ਬਾਬਾ ਜੀ। ਕੀ ਬਾਤ ਹੈ, ਸ਼ਾਜਾ ਚੱਕ ਦੇ ਫੱਟੇ, ਚੱਕ ਦੇ ਚੱਕ ਦੇ। ਲਓ ਜੀ ਰੱਬ ਸੁਖ ਰੱਖੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਖੜ ਜਾ ਖੜ ਜਾ ਇੱਕ ਮਿੰਟ, ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀਸ ਹੋਈ, ਤੇ ਅੱਜ ਮੈਂ ਜੋ ਵੀ ਨਹੀਂ ਹਾਂ ਜੀ, ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਹਾਂ ਜੀ। ਹੱਸਦਾ ਬਾਪੂ ਯਾਰ, ਚੌੜ ਕਰਦਾ। ਹੋ ਬੈਲੀਆਂ ਦੀ ਧੀ ਨਾ ਨਿਯਾਰੀ ਲਈ ਦੀ, ਸੱਤ ਵਿੱਚ ਖੜ ਜੇ ਦਨੀ ਬਗਾਈ ਦੀ, ਕਦੇ ਨਾ ਗਵਾਹੀ ਭਰੀਏ, ਹੋ ਸਕਿਆ ਖਿਲਾਫ ਨੀ ਵੇ ਹੱਦ ਬੁਣੀ ਦੀ, ਕਾਮਾ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ, ਵਿੱਚ ਕੇ ਜ਼ਮੀਰਾਂ ਨੀ ਪੰਚਾਇਤ ਚੁਣੀ ਦੀ, ਕਾਮਾ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ। ਕੱਲ ਨੀ ਗਰੀਬ
ਪੁੱਤ ਆਪਾਂ ਲੇਟ ਹੋ ਜਾਣਾ ਸਾਡੇ ਜਾਂਦਿਆਂ ਨੂੰ ਕਰੈਕਟਰ ਡੇ ਫੰਕਸ਼ਨ ਖਤਮ ਹੋ ਜਾਣਾ ਸਕੂਲੇ ਨਾਲੇ ਸ਼ਾਮ ਨੂੰ ਆਉਣਾ ਤੇ ਹੈਗਾ ਤੂੰ ਵਾਹ ਸਰ ਜੀ ਆਪ ਹੀ ਦੱਸ ਕੇ ਭੁੱਲ ਗਏ ਮੈਂ ਇੱਕ ਟਾਈਮ ਦਾ ਇਰਾਦਾ ਛੱਡ ਕੇ ਆਪਦੀ ਅਰਦਾਸ ਤਾਂਬੇ ਦੀ ਨਹੀਂ ਕਰਨੀ ਨਾਲੇ ਤੁਸੀਂ ਤਾਂ ਕਹਿਣੇ ਹੁੰਨੇ ਹੋ ਵੀ ਕਰੈਕਟਰ ਡੇ ਤੇ ਕਰੈਕਟਰ ਨਹੀਂ ਛੱਡੀਦਾ बल्ले भी लाटरी कमाल करती यार कमाल तो तुसी की थी सर जड़ा इस लाटरी दी लाटरी कटती और तुसी भले मानस बंदे कहती क्यों बने हो मैं भी किसी का गुनाहगार हाँ लाटरी जी चलो बच्चो चलो भाई अगली गेम खेलिए हम आप लो जी फिर आज तो चलो भी बच्चे हुण आज दा विचार ठीक है ठीक है जी गुरु दे प्यारे इक ने सारे बहाने कढ़ना डर के हारना औखा की है सौखा करना सौखा की है औखा करना कह गए बाबा नानक बाणी रच आज सच जुगाद सच 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 मम्मी मिठू तेरे डैडी ने नहीं आना कदे नहीं आना नहीं मम्मी आनगे मेरे डैडी पक्का आनगे हौसला रखती है सियाणी बन के सुख नु भेजिया सी की मिलिया मेनू सूबेदार साहब की होया बस डीसी ऑफिस गए सिगे उत्थे इराक तो जड़ियां लिस्ट आईयां ना उना विच किते भी सुखी दा ना नहीं है ले बिंदर पहने फेर क्यों घबराउनी है हैं उम्मीद नहीं छड़ी दी हुंदी मास्टर जी अज एक लड़का मिलिया सिगा सुखी दे नाल दा ओ कल ही वापस मुड़िया रोलता खुलता जिया कहना छे महीने पहला मैं सुखी तू मिलिया सीगा हालत कुछ ठीक जी नहीं सी मास्टर जी वो लड़का कहना कि फालतू उम्मीदा की कोई लोड़ नहीं है मैं वाहगुरु जी नाल गल नहीं करनी ऐ नहीं कहीदा हुंदा पुत वाहगुरु नूं थोड़ा ऐ कहीदा वाहगुरु सब ठीक करनगे पापा तुहानूं तां आउणा ही पैणा वाहगुरु जी ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ ਮਿੱਠੂ ਇਹਦੇ ਸਹਾਰੇ ਜੀਵਾਂ ਮੈਂ ਮੇਰਾ ਨਹੀਂ ਜੀ ਕਰਦਾ ਜੀਵਨ ਨੂੰ
ਓ ਲੰਗਿਆ ਲਾਲਾ ਬਸ ਆ ਹੀ ਗਿਆ ਜੀ ਸਤਿ ਸ੍ਰੀ ਅਕਾਲ ਲਾਣੇਦਾਰ ਸਾਹਿਬ ਲਾਲਾ ਜੀ ਲਾਣੇਦਾਰ ਤਾਂ ਉਹ ਖੜਾ ਮੈਂ ਤਾਂ ਉਹਦਾ ਮੋਹਲਾ ਬਲਦਾ ਲੌਂਗ ਨੰਬਰ ਹੀ ਲੱਗਿਆ ਲੱਗਦਾ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਓਏ ਆ ਜਾ ਲਾਲਾ ਕਿੱਥੇ ਰਹਿ ਗਿਆ ਸੀ ਦੁਪਹਿਰਾ ਹੋ ਗਿਆ ਤੁਹਾਡੇ ਰਾਜ ਕੁਮਾਰ ਨੇ ਲੌਂਗ ਨੰਬਰ ਲਾਤਾ ਪਹਿਲਾਂ ਤਾਂ ਪਤੰਦਰ ਆਈ ਘੰਟਾ ਲੇਟ ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੁਰਦਾ ਨਾ ਹੀ ਨਾ ਲਵੇ ਚਲੋ ਤੁਸੀਂ ਹੁਕਮ ਕਰੋ ਮੈਂ ਆਪਣੀ ਦੁਕਾਨਦਾਰੀ ਵੀ ਸਾਂਭਣੀ ਆ ਜਾ ਕੇ ਅੱਛਾ ਹੋ ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਹੀ ਕਰਤਾ 7 ਵਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ ਕਿਸੇ ਹੋਰ ਨੂੰ ਕਿਹਾ ਹੋਇਆ ਤੇਰੇ ਵੱਸ ਦਾ ਕੰਮ ਨਹੀਂ ਹੈ ਓਹੋ ਜੀ ਵਧਿਆ ਘਰਾਂ ਦੀਆਂ ਵਧੀਆਂ ਮਿਰਚਾਂ ਗੁੱਸਾ ਨਾ ਕਰਿਓ ਗੱਲ ਦਾ ਇੱਕ ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ ਪੈਸਾ ਤਾਂ ਕੀ ਆ ਬਸ ਤੁਸੀਂ 100,000 ਰੁਪਈਆ ਦੇ ਦਿਓ ਦੋ ਆਪਣੀ ਤਾਂ ਘਰ ਦੀ ਗੱਲ ਹੈ ਚਲੋ 50,000 ਹੀ ਦੇ ਦਿਓ ਆ ਜਾ ਚਲੋ ਆ ਜਾ ਆ ਜਾ ਪਿੰਕੂ 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 ਕੀ ਹੋਇਆ ਮੁੰਡੇ ਨੂੰ ਪਾਣੀ ਲੈ ਕੇ ਆਵਾਂ ਹਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ ਪਿੰਕੂ ਤੂੰ ਫਿਕਰ ਨਾ ਕਰ ਪੁੱਤ ਕਹਿ ਕੰਮ ਹੈ ਜੀ ਕੋਈ ਚਿਮਟਾ ਮਸਾਇਆ ਦਾ ਓ ਚੱਲ ਦਿਲਾ ਟੁਰ ਚੱਲੀਏ ਵੇ ਕੋਈ ਕਦਰ ਨਹੀਂ ਆਇਆਦਾ ਓਏ ਅਸੀ ਆ ਗੱਲਬਾਤ ਤੇਰੀ ਟੁੱਟੀ ਆ ਸੈਡ ਸੌਂਗ ਮੈਂ ਸੁਣੀ ਜਾਂਦਾ ਓ ਅਸੀ ਓ ਦੇਖੋ ਓ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ ਓ ਸੇਠਾ ਹਾਂਜੀ ਓ ਕਿਵੇਂ ਆ ਬੋਲਦਾ ਮੈਂ ਕਿਹਾ ਕਿੱਧਰੋਂ ਇੱਧਰੋਂ ਪੈਦਲ ਹੀ ਓ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਲ ਮਹਾਂ ਜਾਂ ਲੱਗਦਾ ਤੇ ਵੀ ਕੰਮ ਨੂੰ ਵੇਰ ਦਈਏ ਲੱਗਦਾ ਵੱਡਾ ਹੀ ਸਬਦਾ ਮਾਰ ਗਿਆ ਹੈ ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੂੰ ਲਿਆਉਂਦਾ ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ ਆ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ ਫਿਰ ਆਖੇਗਾ ਦੱਸਿਆ ਨਹੀਂ ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ 13 ਤਰੀਕ ਵਾਲੇ ਪ੍ਰੋਗਰਾਮ ਤੇ ਮੈਨੂੰ ਹਲਵਾਈ ਦੇ ਤੌਰ ਤੇ ਬੁੱਕ ਕੀਤਾ ਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ ਤੋਨਾ ਗੱਡਾ ਮੈਨੂੰ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ ਚ ਹੀ ਫਸ ਗਿਆ ਗੁੱਸਾ ਨਾ ਕਰਿਓ ਤੂੰ ਗੱਲਦਾ ਇੱਕ ਇਹ ਕਾਹਦੇ ਲਈ ਅੱਜ 14 ਫਰਵਰੀ ਆ ਵੈਲੈਂਟਾਈਨਸ ਡੇ ਪਿਆਰ ਕਰਨ ਵਾਲਿਆਂ ਦਾ ਦਿਨ ਅੱਛਾ ਸਹੁੰਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ ਗਾਹਾਂ ਲਈ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰੇ ਵੇ ਸਜਣਾ ਪਿਆਰ ਸਾਰਿਆਂ ਨੂੰ ਛੱਡ ਕੇ ਨਹੀਂ ਜਾਈਦਾ ਜਾਨ ਤੋਂ ਪਿਆਰਿਆਂ ਨੂੰ ਦਗਾ ਨਹੀਂ ਕਮਾਈਦਾ ਕੋਈ ਪੈਰੀ ਦਿਲ ਵਿਛਾਉਂਦਾ ਹੋਵੇ ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ ਕੋਈ ਪੈਰੀ ਦਿਲ ਵਿਛਾਉਂਦਾ ਹੋਵੇ ਸਾਹੋਂ ਵੱਧ ਕੇ ਚਾਹੁੰਦਾ ਹੋਵੇ ਉਹਨੂੰ ਠੇਡਾ ਨੀ ਮਾਰੀਦਾ ਹੈ ਠੇਡਾ ਨੀ ਮਾਰੀਦਾ ਸੱਚ ਰੱਬ ਤੋਂ ਡਰੀਦਾ ਵੇ ਜਾਨ ਤੋਂ ਪਿਆਰ ਆਵੇ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਤੇਰੇ ਪਿੱਛੇ ਕਿਹੜੀ ਦਾ
तेरी आकड़ जरदा है कदे गौर नाल तू सोची वे जुदा होण तो डरदा है जुदा होण तो डरदा है कोई दिल विच हो के दब के जे तेरी आकड़ जरदा है कदे गौर नाल तू सोची वे जुदा होण तो डरदा है जेड़ा हस हस जरदा प्यार आवे ऐदा नहीं करीदा वे जान तो प्यार आवे ऐदा नहीं करीदा वे जान तो प्यार आवे ऐदा नहीं करीदा। इस साले दो दिन पहला ट्रैक्टर लेके गए ने ओए आग ते हीरो हांडा जबना ले जाना हो तेरी स्पीड रिकॉर्ड वाली अट दी मोटर ते वाह भाई वाह ससिकाजी ससिकाजी एक दिन मैं क्या तुसी आई सी जलंधर साडे को अज असी तेरे को आया छोटे वीर तेरा गाना हिट है वीरे स्टार बन जाना तू वाह रब्बा कोठियां कारा जाजा दिया सारा तेरे हिस्से है मेरे वीर दुनिया उड़ीकदी है वीरे तेनू शगन दे तौर ते आ लो गड्डी दी चाबी हां जी पर 3 साल दा कॉन्ट्रैक्ट साइन करना पैना मेरे वीर तुसी साइन दसो किथे करने जी पर की ਗੱਡੀਆਂ ਨਾਲ ਜ਼ਰੂਰੀ ਇੱਕ ਹੋਰ ਚੀਜ਼ ਵੀ ਹੈ ਜੀ ਜੋ ਚਾਹੀਦਾ ਦੱਸੋ ਜਨਾਬ ਉਹ ਦੱਸ ਦਿੰਦੇ ਹਾਂ ਜੀ ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ ਉਹ ਬੱਲੇ ਇੱਥੇ ਰੱਖ ਮਾਸਟਰ ਜੀ ਕਾਰ ਲੈ ਲਈ ਵਧਾਈਆਂ ਭਾਈ ਗੁਰਮੁਖਾ ਤੈਨੂੰ ਹੈ ਚਾਚੀ ਅੱਜ ਤਾਂ ਵਧਾਈਆਂ ਲੈਣ ਨਹੀਂ ਮੈਂ ਵਧਾਈਆਂ ਦੇਣ ਆਇਆ ਮੈਂ ਸਮਝਿਆ ਨਹੀਂ ਹੁਣੇ ਸਮਝਾ ਦਿੰਦੇ ਜੀ लो भी सरदार दलेर सिंह सोही दे दोनों पुत्र हाजिर हो लो जी बधाइयां असी दे बेबे ते बापू ने मतबल मतलब ए जी के कार भी थोड़ी है ते ट्रैक्टर ता थोड़ा है ही ओ की हो गया चाची ला भी असी सियां लड्डू खवाउण दा वेला आया ते चाची दवाई खाण वाली होगी ता ही जट्टां दी लाटरी नहीं निकलदी कदे मैं ट्रैक्टर ते गड़ा लागे हो रहा है कदे हूं करके कदे हां करके केड़ा दे दे ओए तू बापू लम्मी बा करके केड़ा दे दे ओए लोग ता चिट्टे दुध दा व्यापार बेईमानी नाल करदे ने मैं चिट्टे दा व्यापार किवें ईमानदारी नाल कर लो नाले आपा केड़ा किसे दे धी पुत नूं धक्के नाल नशे ते लाईदा है हुण जे कोई चिट्टा खाऊ मरवी केड़ा अमर हो जू अच्छा गल सुन पिंकू अद्धे घंटे च तेरे कोले डिलीवरी लेके पहुंच रहा उहदा काम सिर्फ तेरे तक पहुंचाउणा है अगे जिम्मेवारी तेरी है असमान साहब ओए पिंकू क्या क्या बेटा तेरा ये दो नंबर का धंधा ते आ जुल्म खून दे हंजूर आओ तेनू पिंड च पूरा इज्जत नहीं रही ओए मेरे वर्गे सान बंदी यह जा कम कर सकते ने तेरे पिंड की खस्सी जनता सिर्फ गल्ला कर सकती है ते तू केड़ियां इज्जत दियां गल्ला करता है ओए मेरे व्याह ते पिंड का पंच नहीं सी सद होया तेतों जितन तू मरेगा ना सीएम होगा सीएम
शेरे भाई हौसला रख, ओदी मर्जी अगे आप कुछ नहीं कर सकते। नशा बेचता नशा मेरे पुत्र खा गया, दलेर भाई नशा मेरे पुत्र खा गया, मैं मार आपके पुत्र ना जी ना। गुरमुख ना जी ना। हाँ जी हाँ तेरा गुनाहगार, मैं तुहाडा दोहां दा कतल कीता, तेरा भी ते अपनी बच्ची दा भी। मैं कल्ले ने नहीं रहना बाणी हुण, मैं भी तुहाडे दोहां कोल आउणा चाहुंदा। वाह जी प्यारे हो, परमात्मा दे दित्ते हुए जिंदगी रूपी तोहफे नूं बिना वरते ही खत्म करन लगे हो। मैं गुरमुख मैं किते नहीं गई, मैं थोड़े अंदर जूंदी हाँ, यूं मर के मैनू ना मारो, जो होया वो वाहे गुरु जी की मर्जी सी। बन हुक्मे अंदर सब को, बाहर हुक्म ना कोई। गुरमुख जीना सीखो ते जीना सिखाओ, अपनी चुप नू तोड़ो, मेरे परशामे नू ना फड़ो, सगों पानी दी आत्मा नू पछाणो, रूहानी बाणी ते लड़ लगो। लगोंगे ना? बचा लिया बाबे नानक दी बाणी ने, आ
नाज फकीरा तेरी तेरिया तू यो जाने वे किसे किसे तो कच चुगाउना किसे तो मोती दाने वे वावा रमज फकीरा तेरी तेरिया तू यो जाने वावा रमज फकीरा तेरी तेरिया तू यो जाने कीड़ी दे करे भगवान तेन चंगा नहीं लगना ना ना मैं बहुत चर पाता है मैं रो पड़ा तेन चंगा नहीं लगना वावा रमज फकीरा तेरी तेरिया तू ही ओ जाने बिना दंदाले छलियां च भल्लाते वाहिगुरु ने इत्थे रख हां जी 14 फरवरी नु आख्या बाल सिंह बरात लेके जा रहा है थोनू अज तो ही चुल्ले ने आउंदा ओ बल्ले ओ शेरा बल्ले कैसे फकीरा तेरी तेरिया तू ही ओ जाने वावा रमज फकीरा तेरी तेरिया तू ही ओ जाने सप तू ना सारिया जलेबियां खा जाएगा ओए ले जलेबियां दी की गल करदे आ ਤੁਸੀਂ ਨੂੰ ਛੱਡ ਕੇ ਵੇਖੋ ਹੁਣ ਇਹ ਕੜਾਏ ਚ ਮੂੰਹ ਪਾ ਲੇਗਾ ਸਹੀ ਗੱਲ ਹੈ ਪਾ ਕੜਾਏ ਚ ਮੂੰਹ ਮੈਂ ਖਿੱਚੂ ਤੇਰੀ ਫੋਟੋ ਫੋਟੋ ਖਿੱਚ ਲਿਓ ਫਿਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ ਪਾ ਦਾਂਗੇ ਪਾ ਦਾਂਗਾ ਅੱਛਾ ਹੈ ਦੱਸੋ ਫਿਰ ਸਟੇਟਸ ਕੀ ਪਾਉਂਗੇ ਓਏ ਇਹ ਤਾਂ ਅੱਜ ਫਿਰ ਮਾਸਟਰ ਜੀ ਡਿਸਾਈਡ ਕਰਨਗੇ ਵੀ ਹਾਂ ਦੱਸੋ ਮਾਸਟਰ ਜੀ ਹਾਂ ਦੱਸੋ ਮਾਸਟਰ ਜੀ ਦੱਸੋ ਹਾਂ ਦੇਖੋ ਜੀ ਜੇ ਤਾਂ ਇਹ ਕੜਾਏ ਦੇ ਵਿੱਚ ਮੂੰਹ ਪਾ ਕੇ ਜਲੇਬੀਆਂ ਖਾਓਗੇ ਹਾਂਜੀ ਫਿਰ ਤਾਂ ਸਟੇਟਸ ਇੱਕੋ ਹੀ ਬਣਦਾ ਉਹ ਕਿਹੜਾ ਕੁੱਤੇ ਖਾਣ ਜਲੇਬੀਆਂ ਮਾਟਰੀ ਤੁਸੀਂ ਵੀ ਓ ਇੱਕ ਮਿੰਟ ਇੱਕ ਮਿੰਟ ਮਾਟਰੀ ਨੂੰ ਪੁੱਛਦੇ ਆ ਮਾਟਰੀ ਹਾਂਜੀ ਮਤਲਬ ਵਿਆਹ ਵਾਲੀ ਦਾ ਆਪਾਂ ਘੁੱਟ ਘੁੱਟ ਲਾ ਸਕਦੇ ਆ ਜੀ ਹੁਣ ਲੈ ਲੈ ਸਵਾਲ ਮੈਂ ਤੜਕੇ ਦਾ ਕਹੀ ਜਾਂਦਾ ਵੀ ਇੱਕ ਵਾਰ ਛੱਡਤੀ ਛੱਡਤੀ ਯਾਰ ਨਹੀਂ ਲਾਉਣੀ ਨਹੀਂ ਲਾਉਣੀ ਹਾਂ ਨੱਚਣ ਵਾਲੇ ਪੁੱਛ ਲੈਣੇ ਮਤਲਬ ਵੀ ਨੱਚ ਤਾਂ ਸਕਦੀ ਪੁੱਛ ਲੈ ਪਿਆਰ ਨਾਲ ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨਹੀਂ ਦੇਖਿਆ ਜਾਂਦਾ ਬੰਦੇ ਬਣ ਕੇ ਵਿਆਹ ਦੇਖੋ ਇਹ ਮੈਂ ਵੈਸੇ ਹੀ ਵੇਖਿਆ ਲਾਟਰੀ ਸਭ ਤੁਹਾਡੇ ਵੱਲ ਭਾਈ ਵਿਆਹ ਤੇ ਨਹੀਂ ਨੱਚਣਾ ਫੇਰ ਕਦੋਂ ਨੱਚੋਗੇ ਹੈ ਪਤਾ ਤੁਹਾਨੂੰ ਲਾਊਡ ਮਿਊਜ਼ਿਕ ਡਿਸਪਲਨ ਤੰਗ ਕਰਦਾ ਬੇਵਕੂਫ ਕਿਸੇ ਥਾਂ ਦੇ ਕਿਹੋ ਜਿਹੇ ਗਾਣੇ ਬਜਾ ਰਹੇ ਹੈ ਐਡਾ ਸ਼ੁਭ ਮੌਕਾ ਹੈ ਉਹ ਗਾਣਾ ਬਜਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਬਜਾ ਦੱਸ ਸੁਰਮਾ ਪੁਆਈ ਤਾਂ ਕੀ ਦਊਗਾ
अपना सवा लख रुपया जी तू कित्थे कुंडली मारी बैठा है? ये तेरी पुटारी नहीं है? मेरा पुत्ता है, वो बंदिया वांगू बैठ। ओ कोई नहीं भाई, मैं करता है ता जहर। ओए बेअदब स्नेक बंदा बन। बेबे हां 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 ओ यार, वो जदों रिबन जा कट दे सालियां नु किन्ने पैसे देने है? वो तो तेरे बापू ने ता तेरीयां मासियां नु 100 रुपया दित्ता सी। ओए बापू पंजवी फेल है, मैं अद्धी बीए करी बैठा, नाले मैं मौजूदा कलाकार हां। तू मेरे पुत्ते 155 रुपया दे दी है। ओए रीबन कटाई देनी है बेबे, कोई टूल पलाई दी पर्ची थोड़ी कटाउनी है। जो दिल चल बैठ बैठ, तुसी अज अपनी मज ते आ जंदे। ओ सूबेदार साहब, अजे मैं थोड़ा टैंक देख लंदा, मज छड मैं झोटे ते आ जाना सी। क्या बात है जी, वैसे थोड़ी मज नु तो 4-5 बारी अड़ेंगदियां सुनया सी मैं, आप जी नु बोलदियां अज पहली बारी सुने। रौनक सिंह ना है मेरा, हे धोती है मेरी ज्योति। बस कुछ समय लिए दी चुप ने मैनू भी गूंगा करता सी। ओ अच्छा जी, एदा मतलब ज्योति आप जी दे बाग दा फुल है। हाँ अपने बाग दा फुल है, पर एदी मालन मेरी धी कैंसर दे रोग ने खा ली। एदे दादके छोटी जी सी बेचारी जदों मेरे कोल छड गए, हुण नानकियां ने तां अपनियां धीआं दे फर्ज निभाउणे ही ने। ओ छड़े छुड़े वाली गल गई वीरे, लाटरी नूं साख कराउण लग्गा मैं आपदी साली दा। 51,000 रुपया लगू, पर मैं तो तरमाइया यार। ओ वीरे, बाई नूं सिर्फ मुफ्त चाह पियाई जा सकती है, साडू दी फीस नहीं माफ कीती जा सकती। ओ मैं होऊंगा ना। ओ सोही साहब, ओ शेही दे बरात नूं तुर लो, कितों जांदे नूं पताउड़ ना खत्म हो जाणा। ओ तुसीं इत्थे कड़े जाबां दा पिड़ करी जाओगे? ओ थोड़े वीरे दा ब्याह है, गोडे दुखदे तुहाडे, लगने चुटप। ओ लाओ फिर जिहड़ी कहिंदे लंकाल तूं डरदी हुंदी आ, तूं ना कचमीले वाली चमकीला हुंदा।
शेर दोवे करती राणी देने जो चित करु गेड़ा मार जा करू चलो जी लो वाहगुरु का नाम ते इजाजत लईए हुण मास्टर जी एदा नहीं ए आलो आ परो मुठ नहीं 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 सोही साहब आज का दिन सिर्फ तुहाडा हक बनता जी ना 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 जिंदगी देने वाले नालो ना जिंदगी पढ़ाने वाले का हक पहला चलो जो हुक्म जी बाबे नानक दी बाणी ते अरदास ग्रेट है सर सुखी क्यों मेरा बच्चा मेरे पुत्र मेरे बच्चे कितने से तू वो कितने मासी मासी जी मैं उत्थों मुड़ के आया जिथे मौत भी हैरान हूं भी इनू कट के कौन लै गया हार गया सी मैं तो पर तुहाडियां सब दी अरदासां जित गया तू सच्चा साहिब सिफत सवालियो जिन कीती सो पार पया कहो नानक करते कियां बातां जो किस करना सो कर रहा हूं खुश है मेरी भैन हां जी वीर वाह ओ दातिया असी तानू लेना आए थी दाते ने जवाई भी मोड़ता लो हुण देखदा कौन नहीं नचदा हां जी बीबी जी सत श्री अकाल पैरी पहना जी भुल ही गया गुरमुखा कद आएगा भुलिया कित्थे जांदा बी जी भुले तो अजे वह नहीं जिहड़े सदा लई छड्ड के तुर गए माफ कर दे पुत्त मां नूं मावां भी तो माफ कर दियां आईआं ने इन्नी नाराजगी पुत्त बीबी जी मैं एक नवें स्कूल च ज्वाइन करना ज्वाइन करके फिर देखदा मारदा चक्कर तेरिया भतीजियां याद कर दिया ने पुत ये सारे साढ़े को ने मैं लेके आई हाँ अच्छा जी ठीक है बीजी चलो लाओ परौंठे फिर पहला आके थोनू ही ज्वाइन करता करनी है अरदास प्यारियो किस्मत अपनी आप शिंगारियो सुख मंगिए नगर खेड़े दी दुखी नू दईए सुख पानी बचाइए वांग पत दे पुत्तां वांगू रुख बाबे नानक दी बाणी दे दिल तो अर्थ हंडाइए तीनू मंदा बोलिए ना किरत कर वंड खाइए तुहाडा प्यारा गुरमुख सिंह लै भई असी हुण आपां सारे जने मिलके आ मास्टर जी दी लिखी हुई अरदास दे नाल इक सेल्फी खिचाइए ठीक है फेसबुक ते पावांगे ठीक है ठीक है फेसबुक ते तां पावांगे उस ते तुस की लिखेगा लिखूंगा नहीं लिखांगे मिस यू मास्टरी आजो 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 ए महज तस्वीरां नहीं हन ए पंजाब दे वासी ने कदी ए घेरे सन संताली घेरे कदी चौरासी ने अज ए घेरे खुदकुशियां ने घेरे अज सियासत ने जुगनी माइया गावन वाले
घेरे अज उदासी ने सुनिया राहां हिक विच ताहां कोई नजर कलैणी रोकोवे तरस ना जायो ते पुत्तां नूं ओ पंजाब दे लोकोवे। दिलों होवे अरदास